ਕੱਢਣਾ ਅੱਜ ਮੈਂ ਕਿਹਦੇ ਚੋਂ ਤੁਹਾਡੇ ਚੋਂ ਉਹ ਠੀਕ ਠਾਕ ਮੈਂ ਠੀਕ ਆ ਤੁਸੀਂ ਦੱਸੋ ਹੋਇਆ ਕੀ ਸੀ ਤੁਹਾਨੂੰ ਇਹ ਫਰਕ ਹੈ ਫਿਰ ਹੁਣ ਤਾਂ ਤੂੰ ਜਿਹੜੀ ਮਿਰਚਾਂ ਛੋਈਆਂ ਨਾ ਹਾਂ ਤੂੰ ਸ਼ੁਕਰ ਕਰੀ ਤੇ ਮੱਥੇ ਲਾਈਆਂ ਅੱਖਾਂ ਪਾਤੀ ਹੁੰਦੇ ਮੇਰਾ ਪੈਕਅਪ ਸੀ ਇਹ ਜੀ ਤੋੜ ਕੇ ਲਿਆਉਂਦੀ ਹੁੰਦੀ ਤਾਂ ਅੱਖ ਸਿੱਟ ਦਿੰਦੀ ਹੁੰਦੀ ਚਲੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੌਂਕਨ ਦੀ ਅੰਗਰੇਜ਼ੀ ਦੀ ਕਲਾਸ ਵਿੱਚ ਮੈਂ ਜਿਹੜਾ ਉਹਨਾਂ ਨਾਲ ਵੀ ਸਵਾਗਤ ਕਰਦਾ ਨਾ ਉਹ ਵਿਚਾਰੇ ਘਬਰਾ ਗਏ ਨਹੀਂ ਹੋ ਕੇ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਜੀ ਕ੍ਰੈਮਿਕਾ ਪ੍ਰੈਜ਼ੈਂਟਸ ਸ਼ੌਂਕਨ ਫਿਲਮਾਂ ਦੇ ਵਿੱਚ ਤੇ ਅਮੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਚੜ੍ਹ ਦੀ ਗੱਲਾਂ ਫਰਕ ਹੈ ਪੈ ਗਿਆ ਨਾ ਹੋਰ ਫਰਕ ਪਾਉਣਾ ਤੁਹਾਨੂੰ ਅੱਛਾ ਮੈਨੂੰ ਇਹ ਦੱਸੋ ਹੁਣ ਤੁਸੀਂ ਕਿ ਨਿੱਕਾ ਜੈਲਦਾਰ 1 ਕਰ ਲਈ ਜੀ 2 ਵੀ ਕਰ ਲਈ ਦੋਨੋਂ ਸੁਪਰ ਹਿੱਟ ਹੁਣ 3 ਵੀ ਸੁਪਰ ਹਿੱਟ ਹੀ ਆ ਜੀ ਹਨਾ ਤੇ ਤੁਹਾਨੂੰ ਕੀ ਲੱਗਿਆ ਤਿੰਨਾਂ ਸੀਰੀ ਕਰਕੇ ਕਿ ਵਿਆਹ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਜਿਵੇਂ ਨਿੱਕੇ ਦੇ ਹੋਏ ਆ ਉਵੇਂ ਤਾਂ ਜਮ੍ਹਾਂ ਨਹੀਂ ਕਰਾਉਣੇ ਚਾਹੀਦੇ ਤਿੰਨਾਂ ਫਿਲਮਾਂ 'ਚ ਜਿਵੇਂ ਉਹਨੇ ਆਪਣਾ ਜਿਹੜਾ ਟੀਚਾ ਹਾਸਲ ਕੀਤਾ ਅਤੇ ਉਵੇਂ ਤਾਂ ਨਹੀਂ ਹੋਣਾ ਚਾਹੀਦਾ ਵੈਸੇ ਤਾਂ ਵਿਆਹ ਹੋਣਾ ਚਾਹੀਦਾ ਓਬਵੀਅਸਲੀ ਵਿਆਹ ਹੋਣਾ ਚਾਹੀਦਾ ਵਿਆਹ ਹੋਣਾ ਚਾਹੀਦਾ ਵਿਆਹ ਇਹ ਕਿਹੜਾ ਮੈਂ ਬਣਾਈ ਰੀਤ ਠੀਕ ਨਹੀਂ ਵਿਆਹ ਤਾਂ ਹੋਣਾ ਹੀ ਚਾਹੀਦਾ ਚੰਗੀ ਗੱਲ ਆ ਬੰਦਾ ਖੁਸ਼ ਰਹਿੰਦਾ ਪੋਜ਼ਿਟਿਵ ਰਹਿੰਦਾ ਖੁਸ਼ ਰਹਿੰਦਾ ਤੇ ਪੋਜ਼ਿਟਿਵ ਰਹਿੰਦਾ ਯਾ ਮਤਲਬ ਸਾਰੀਆਂ ਜਦੋਂ ਬੰਦਾ ਆਲੇ ਦੁਆਲੇ ਘੁੰਮ ਫਿਰ ਕੇ ਆਉਂਦਾ ਬੰਦਾ ਘਰ ਜਾਂਦਾ ਤੇ ਜਦੋਂ ਆਪਣੇ ਪਰਿਵਾਰ ਨੂੰ ਮਿਲਦਾ ਫਿਰ ਚੰਗਾ ਹੀ ਲੱਗਦਾ ਸਾਰਾ ਨਹੀਂ ਇਹ ਤਾਂ ਗੱਲ ਹੈ ਬਿਲਕੁਲ ਚੰਗਾ ਲੱਗਦਾ ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਇੰਡਸਟਰੀ ਦੇ ਵਿੱਚ ਵੈਸੇ ਤਾਂ ਤੁਹਾਡੇ ਸਾਰੇ ਘੈਂਟ ਯਾਰ ਹੋਣੇ ਆ ਜੀ ਹਨਾ ਤਿੰਨ ਇਹੋ ਜਿਹੇ ਘੈਂਟ ਯਾਰ ਕਿਹੜੇ ਆ ਜਿਹੜੇ ਪਹਿਲੀਆਂ 3 ਬੈਲਾਂ ਦੇ ਵਿੱਚ ਫੋਨ ਚੁੱਕ ਲੈਂਦੇ ਆ ਆਪੇ ਤੋਂ ਫੋਨ ਕਰਨਾ ਹਾਂਜੀ ਮਿੱਤਰ ਪਿਆਰਾ ਖੇਡਣੀ ਹੈ ਨਾ ਆਪਾਂ ਆਈ ਹੋਪ ਇੱਥੇ ਆ ਗਏ ਹੋਣ ਉਹ ਹਾਂ ਤੇ ਜਿੱਥੇ ਤੁਸੀਂ ਮੈਨੂੰ ਫੋਨ ਕਰਵਾਇਆ ਸੀ ਮੈਂ ਵੀ ਉਹਨਾਂ ਨੂੰ ਵਾਪਸ ਫੋਨ ਕਰਨਾ ਸਾਨੂੰ ਪਤਾ ਸੀ ਤੁਹਾਨੂੰ ਬਸ ਮੈਂ ਜਗਦੀਪ ਨੂੰ ਕਰੂੰਗਾ ਓਕੇ ਸਰਗੁਣ ਨੂੰ ਕਰੂੰਗਾ ਤੇ ਮਨਿੰਦਰ ਬੁੱਟਰ ਨੂੰ ਕਰੂੰਗਾ ਆਏ ਹਾਏ ਚਲੋ ਫਿਰ ਪਹਿਲਾਂ ਕਿਹਨੂੰ ਲਾਉਂਦਾ ਸੀ ਸਰਗੁਣ ਨੂੰ ਲਾ ਲਊਂਗਾ ਉਹਨੇ ਵੀ ਸਭ ਤੋਂ ਪਹਿਲਾਂ ਲਾਇਆ ਸੀ ਅੰਮੀ ਜੇ ਤੂੰ ਫੋਨ ਨਾ ਚੁੱਕਿਆ ਮੈਂ ਤੈਨੂੰ ਮਾਰ ਦੇਣਾ ਤੁਸੀਂ ਤਾਂ ਬੈਲ ਵੀ ਨਹੀਂ ਵੱਜਣ ਦਿੱਤੀ ਪਤਾ ਤੁਹਾਨੂੰ ਮੇਰੇ ਹੱਥ ਸੀਗਾ ਮੈਂ ਪਤਾ ਨਹੀਂ ਕੰਮ ਕਰੀ ਜਾਂਦਾ ਜੀ ਉਹਨਾਂ ਨੇ ਪਹਿਲਾਂ ਕਿਹਾ ਸੀ ਫੋਨ ਚੁੱਕਣਾ ਨਹੀਂ ਹੈ ਚੁੱਕਦੇ ਘੱਟ ਮੈਨੂੰ ਇਹ ਲੱਗਦਾ ਵੀ ਇਹਨੇ ਨਹੀਂ ਚੁੱਕਣਾ ਤੇ ਮੈਂ ਪੱਕਾ ਸ਼ੋਰ ਹਾਂ ਪੱਕਾ ਪਰ ਸ਼ਾਇਦ ਚਲੋ ਦੇਖੋ ਤੇ ਚੱਕ ਲੈ ਹਾਏ ਅੰਨੀ ਇਹ ਇੱਕ ਪਹਿਲ ਹੋ ਗਈ ਦੋ ਪਹਿਲ ਹੋ ਗਈਆਂ ਹੈਲੋ ਆਏ ਆਈ ਲਵ ਯੂ ਟੂ ਆਈ ਲਵ ਯੂ ਟੂ ਆਏ ਆਏ ਬਚਾ ਲਿਆ ਬਚਾ ਲਿਆ ਬਚਾ ਲਿਆ ਸਰਗੁਣੀਏ ਪਹਿਲਾ ਫੋਨ ਜਿੱਥੇ ਤੂੰ ਮੈਨੂੰ ਫਸਾਇਆ ਸੀ ਤੇ ਮੈਂ ਵੀ ਫਸ ਗਿਆ ਸੀ ਉੱਥੇ ਅੱਜ ਹਾਏ ਆਬਾ ਹਾਏ ਸਰਗੁਣ ਕਿਵੇਂ ਹੋ ਐਦਾਂ ਹੋ ਨਹੀਂ ਸਕਦਾ ਕਿ ਮੈਂ ਅੰਮੀ ਦਾ ਫੋਨ ਵੈਸੇ ਨਾ ਚੱਕਿਆ ਦੋ ਗੱਲਾਂ ਹਾਏ ਦੇਖਿਆ 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 ਲਵ ਯੂ ਲਵ ਯੂ ਲਵ ਯੂ ਤੇ ਵਧਾਈਆਂ ਤੈਨੂੰ ਕਿਸਮਤ 2 ਅਨਾਉਂਸ ਹੋ ਗਈ ਆਈ ਲਵ ਯੂ ਸੋ ਮੱਚ ਫੋਟੇ ਚੱਕ ਲਾਂਗੇ ਓਕੇ ਲਵ ਯੂ ਬਾਏ ਜੱਗੀ ਦੀ ਵਾਰੀ ਉਹਨੂੰ ਮੈਸੇਜ ਲਾ ਦੇ ਵੀ ਅੰਮੀ ਦਾ ਫੋਨ ਆਉਂਦਾ ਚੁੱਕ ਲਈ ਕਿਸੇ ਨੂੰ ਕੋਈ ਮੈਸੇਜ ਨਹੀਂ ਕੀਤਾ ਜਾਏਗਾ ਡਾਇਰੈਕਟ ਫੋਨ ਓਕੇ ਬਾਏ ਠੀਕ ਹੈ ਠੀਕ ਹੈ ਨਾਰੀ ਦੂਜੀ ਫਿਲਮ ਦੀ ਵੀ ਪ੍ਰੋਮੋਸ਼ਨ ਆਈ ਅੰਦਰ ਭੂਤ ਕੱਢਣ ਨੂੰ ਫਿਰਨ ਦੇ ਕਿਸ ਮੇ ਰਾਤ ਅਨਾਉਂਸ ਹੋਈ ਹੈ ਇਮੋਸ਼ਨਲ ਹੋ ਕੇ ਅੱਛਾ ਕਦੋਂ ਕਦੋਂ ਆ ਰਹੀ ਹੈ ਫਿਰ ਇਹ ਫਿਲਹਾਲ ਦੀ ਆ ਰਹੀ ਹੈ ਸਪਟੈਂਬਰ ਚ ਆਊਗੀ ਉਹ ਵੇਖਾਂਗੇ ਕਦੋਂ ਆਉਣੀ ਹੁਣ ਅੱਛਾ ਜੇ ਸਾਰਿਆਂ ਦਾ ਰਿਲੇਸ਼ਨ ਸਹੀ ਰਹੇ ਫਿਰ ਅੱਡ ਆਵਾਂਗੇ ਕਿਸੇ ਨਾਲ ਕੋਈ ਪੰਗਾ ਆਇਆ ਫਿਰ ਉਹਦੇ ਬਰਾਬਰ ਆਵਾਂ ਆਏ ਹਾਏ ਚਲੋ ਹੁਣ ਕਿਹਨੂੰ ਲਾਵਾਂ ਜੱਗੀ ਨੂੰ ਜੱਗੀ ਨੂੰ ਚੁੱਕ ਲੈਂਦੇ ਫੋਨ ਚੁੱਕੂਗਾ ਸਪੀਕਰ ਤੇ ਕਰੋ ਸਪੀਕਰ ਤੇ ਲੱਗ ਤੇ ਜਾਏ ਇੱਕ ਜੇਬ ਚੋੜੀ ਛੇਤੀ ਕੱਢ ਲਿਆ ਕਰ ਏਡੀ ਸੌੜੀਆਂ ਜੀਨਾਂ ਪਾਈਆਂ ਭੀੜੀਆਂ ਤੇ ਤੂੰ ਫੋਨ ਨੀ ਨਿਕਲਿਆ ਮੋਸਟਲੀ ਤੂੰ ਲੋਰਾਂ ਪਾ ਕੇ ਰੱਖਦਾ ਤੇ ਲੋਰਾਂ ਚ ਕਿੰਨਾ ਟਾਈਮ ਲੱਗਦਾ ਲੱਗੀ
ਚੱਲ ਲਵ ਯੂ ਟੂ ਕਹਿਣਾ ਸੀ ਮੈਂ ਤੇ ਓਕੇ ਬਾਏ ਵਧਾਈਆਂ ਨਾਲੇ ਫਿਲਮ ਦੀਆਂ ਭਰਾ ਅਸੀਂ ਮੈਂ ਪ੍ਰੋਗਰਾਮ ਤੇ ਆਇਆ ਸੀ ਇੱਥੇ ਆਬਾ ਕੋਲੇ ਬੈਠਾ ਸੀ ਸ਼ੌਂਕਣ ਕੋਲੇ ਅੱਜ ਮੈਂ ਨਿੱਕੇ ਜੋ ਵੱਡਾ ਭੂਤ ਕੱਢਣ ਲੱਗੇ ਹੈਗੇ ਯਾ ਓਕੇ ਲਵ ਯੂ ਬਾਏ ਮਿਲਦੇ ਹਾਂ ਓਕੇ ਬਾਏ ਬਾਏ ਚਲੋ ਮਨਿੰਦਰ ਬੁੱਟਰ ਹਨਾ ਮਨਿੰਦਰ ਕਿਹੜਾ ਰੇ ਨੰਬਰ ਚੱਲਦਾ ਹੀ ਹੋਊਗਾ ਓਏ 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 ਲਵ ਯੂ ਟੂ ਲਵ ਯੂ ਟੂ ਮੈਂ ਪ੍ਰੋਗਰਾਮ 'ਚ ਬੈਠਾ ਕੋਈ ਭੈੜੀ ਗੱਲ ਨਾ ਕਰੀ ਆਈ ਲਵ ਯੂ ਟੂ ਇੰਨਾ ਕਹਿਣਾ ਓਕੇ ਲਵ ਯੂ ਬਾਏ ਓਏ ਹੋਰ ਦੱਸੋ ਮੈਂ ਥੋੜ੍ਹਾ ਜੱਗੀ ਉਹ ਜਿੱਪ ਦੇ ਚੱਕਰ 'ਤੇ ਲੇਟ ਹੋ ਗਿਆ ਨਹੀਂ ਕੋਈ ਐਡਾ ਉਹ ਨਹੀਂ ਚੱਕਰ ਚਲੋ ਕੋਈ ਚੱਕਰ ਨਹੀਂ ਇੱਕ ਜਿੱਤ ਗਏ ਨਾ ਹਾਂ ਜਿੱਤ ਗਏ ਤੁਸੀਂ ਡੱਬਾ ਦੇ ਦੇ ਮੈਨੂੰ ਜਾਣ ਲੱਗੇ ਉਹ ਦਿੱਤਾ ਅਰੇ ਹਾਂ ਚਲੋ ਆ ਥੋੜਾ ਜਿਹਾ ਪਹਿਲਾਂ ਤੁਹਾਨੂੰ ਆ ਦਿੰਨੇ ਥੋੜਾ ਜਿਹਾ ਕੱਟ ਓ ਓ ਓ ਥੈਂਕ ਯੂ ਇਹ ਦਿੱਤੇ ਜਾਂਦੇ ਨੇ ਤੁਹਾਨੂੰ ਸ਼ੂਗਰ ਕਿਸੇ ਸ਼ੱਕਰਪਾਰੇ ਸ਼ੂਗਰ ਕਿਸੇ ਸਾਡੀ ਅੰਗਰੇਜ਼ੀ ਦੇ ਵਿੱਚ ਸ਼ੂਗਰ ਕਿਸੇ ਸ਼ੱਕਰਪਾਰੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸ਼ੱਕਰਪਾਰੇ ਦੇਤੇ ਹੁਣ ਤੁਹਾਨੂੰ ਵੀ ਦੇਤੇ ਤੇ ਮੈਨੂੰ ਵੀ ਨਾ ਬੜੀ ਭੁੱਖ ਲੱਗਦੀ ਹੈ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਨਾ ਕੈਨੇਡਾ ਬਹੁਤ ਹੀ ਰੱਖਦੀ ਤੂੰ ਤਿੰਨ ਡੱਬੀਆਂ ਪੰਜ ਛੇ ਡੱਬੀਆਂ ਅੱਗੇ ਰੱਖੀਆਂ ਵਾਵਾ ਡੂੰਗਾ ਹੈ ਜਿਹੜਾ ਡੂੰਗਾ ਜ਼ਰਾ ਤਿੰਨ ਨੇ ਓਕੇ ਉਹ ਪਤਾ ਨਹੀਂ ਨਾ ਤਿੰਨ ਚ ਘੱਟੋ ਘੱਟ ਨਹੀਂ 200-300 ਬਿਸਕੁਟ ਹੋਣਾ ਤੇ ਤੂੰ ਸਾਰਾ ਖਾਣਾ ਹੋਣਾ ਨਹੀਂ ਸਾਰਾ ਖਾਣ ਨਹੀਂ ਦਿੰਦੇ ਨਾ ਸਾਹਮਣੇ ਵਾਲੇ ਤਿੰਨ ਤਾਰੇ ਬਿਸਕੁਟ ਤਾਂ ਕੱਪ ਚ ਨਹੀਂ ਪੈਂਦਾ ਤੁਸੀਂ ਖਾਓ ਪਹਿਲਾਂ ਤੁਸੀਂ ਖਾਓ ਕੱਪ ਸਟੀਲ ਵਾਲਾ ਮੰਗਾਓ ਚਲੋ ਆਪਾਂ ਬ੍ਰੇਕ ਲੈ ਲਈ ਫਿਰ ਮੈਂ ਖਾਣਾ ਹਾਂ ਚਲੋ ਤੁਸੀਂ ਖਾਓ ਹਾਂ ਹਾਂ ਤੇ ਤੂੰ ਬ੍ਰੇਕ ਲੈ ਮੈਂ ਖਾਣਾ ਇਹਨੇ ਕੜੀ ਚਾਹ ਮੰਗਾ ਲਾ ਯਾਰ ਨਾਲੇ ਚਾਹ ਮੰਗਾ ਲਈ ਚਾਹ ਮੰਗਾ ਲਾ ਘੁੱਟ ਕੇ ਪੰਜਾਬੀ ਉਹਨਾਂ ਨੂੰ ਮੈਂ ਆਪਦੀ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹਾਂਜੀ ਤੇ ਤੁਸੀਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਬੁੱਝਣਾ ਕਿ ਗੀਤ ਕਿਹੜੇ ਨੇ ਸਾਡੇ ਠੀਕ ਹੈ ਚਲੋ ਪਹਿਲਾਂ ਤੁਸੀਂ ਮੜੀ ਅੰਗਰੇਜ਼ੀ ਠੀਕ ਲਿਖੀ ਹੋਵੇ ਮੈਨੂੰ ਵੈਸੇ ਵੀ ਘੱਟ ਆਉਂਦੇ ਆ ਤੇ ਉਤੋਂ ਤੁਸੀਂ ਉਤੋਂ ਭੈੜੀ ਅੰਗਰੇਜ਼ੀ ਲਿਖੀ ਹੋਈ ਤੇ ਮੈਂ ਹਾਰ ਗਿਆ ਮੇਰੇ ਹੱਥ ਖੜੇ ਜੀ ਚਲੋ ਕੋਸ਼ਿਸ਼ ਕਰਿਓ ਵੈਸੇ ਬੁੱਝੀ ਜਾਏਗਾ ਸਾਡੇ ਕੋਲ ਪਹਿਲਾਂ ਜੱਟ ਬਿਕਮ ਵੈਰੀ ਮੈਡ ਵੈਨ ਯੂ ਸੀ ਐਂਡ ਗਲੈਡ ਵੈਨ ਯੂ ਸੀ ਐਂਡ ਗਲੈਡ ਹਾਂ ਜੱਟ ਬਿਕਮ ਵੈਰੀ ਮੈਡ ਜੱਟ ਬਹੁਤ ਹੀ ਕਿਤੇ ਪਾਗਲ ਆ ਨਾ ਇਹ ਕੁ ਕੀਤਾ ਜੱਟ ਬਿਕਮ ਵੈਰੀ ਮੈਡ ਵੈਨ ਯੂ ਸੀ ਐਂਡ ਗਲੈਡ ਖੜਾ ਹੀ ਹੈ ਤੱਕਦੀ ਹੈ ਮੇਰਾ ਗਣਾ ਕਾਲਜ ਚ ਕਿਹੜਾ ਹੋ ਜੱਟ ਬਿਕਮ ਵੈਰੀ ਮੈਡ ਨਹੀਂ ਯਾਰ ਹਾਰ ਗਿਆ ਕੱਤ ਟਾਈਮ ਵੇਸਟ ਕਰਨਾ ਪੱਗ ਦੇ ਲਈ ਯਾਰ ਬੁੱਝਣ ਦੀ ਕੋਸ਼ਿਸ਼ ਗਲੈਡ ਕਦੋਂ ਜੱਟ ਨੂੰ ਕੀ ਚੜਦਾ ਗਲੈਡ ਜੱਟ ਦਾ ਸੀ ਨਾ ਚਾਹ ਚੜ ਗਿਆ ਜੱਟ ਚਾਹ ਆ ਤੁਸੀਂ ਔਖਾ ਗਣਾ ਲੱਭਿਆ ਬਹੁਤਾ ਮੇਰਾ ਚੱਲਿਆ ਜੱਟ ਨੂੰ ਚਾਹ ਜੇ ਆ ਚੜ ਜਾਂਦਾ ਜੱਟ ਦਾ ਸੀਨਾ ਠਰ ਜਾਂਦਾ ਜਾਂ ਵੇਖ ਕੇ ਹੱਸਦੀ ਸੀ ਹਾਂ ਉਹ ਅਗਲੀ ਲੈਣਾ ਜੱਟ ਨੂੰ ਚਾਹ ਜਾਂ ਚੜ ਜਾਂਦਾ ਜੱਟ ਦਾ ਸੀਨਾ ਠਰਦਾ ਤਾਂ ਪਹਿਲੀ ਲੈਣਾ ਯਾਰ ਹੁਣ ਤੁਸੀਂ ਮੇਰੇ ਚ ਨਾ ਗਲਤੀਆਂ ਕੱਢੋ ਨਾ ਤੇਰੇ ਚ ਕੱਢਣੀ ਆ ਤੂੰ ਦੂਜੀ ਲੈਣ ਲਿਖੀ ਮੇਨ ਲਾਈਨ ਤੇ ਉਹ ਆ ਆਹ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹੱਸਦੀ ਉਹ ਚਲੋ ਅਗਲਾ ਯੂ ਹੈਵ ਸੋ ਮੈਨੀ ਯਾਰ ਬਟ ਯੂ ਓਨਲੀ ਮਾਈ ਦਿਲਦਾਰ ਇਹ ਤੁਹਾਡੇ ਕੈਂਟ ਯਾਰ ਦਾ ਗਾਣਾ ਆ ਬਟਰ ਦਾ ਹਾਂ ਦੇਖਿਆ ਆਏ ਹਾਂ ਉਹ ਗਾਣੇ ਮੈਂ ਪੰਜ ਚਾਰ ਹੁਣੇ ਸੁਣਨ ਨੂੰ ਪੰਜ ਤੇ ਛੇ ਗਾਣੇ ਆਏ ਯਾਰ ਜ਼ਿੰਦਗੀ ਹਾਂ ਬਸ ਫਿਰ ਦੁਬਾਰਾ ਬੋਲੀ ਯੂ ਹੈਵ ਸੋ ਮੈਨੀ ਯਾਰ ਬਟ ਯੂ ਓਨਲੀ ਮਾਈ ਦਿਲਦਾਰ ਵਾਹ ਉਸ ਕਿੰਨਾ ਸੁਪਰ ਹਿੱਟ ਹੋਇਆ ਹਾਂ ਸਖੀਆਂ ਨੇ ਮੈਨੂੰ ਵੀ ਮਾਰਦੀਆਂ ਤੂੰ ਹੀ ਐ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾਰਾ ਕੀ ਬਾਤ ਚਲੋ ਅਗਲਾ ਬੁੱਗੇ ਆਈ ਐਮ ਨਾਟ ਵੈਲ ਵੈਨ ਯੂ ਡੇਟ ਪਲੀਜ਼ ਟੈਲ ਬੁੱਗੇ ਵਟ ਬੁੱਗੇ ਆਈ ਐਮ ਨਾਟ ਵੈਲ ਵੈਨ ਯੂ ਡੇਟ ਪਲੀਜ਼ ਟੈਲ ਕਿਹੜੀ ਫਿਲਮ ਦਾ ਰਿਦਮ ਤਾਂ ਨਹੀਂ ਪਤਾ ਲੱਗਦਾ ਹੁੰਦਾ ਗੀਤਾਂ ਦਾ ਮੂੰਹ ਨਾਲ ਪਤਾ ਲੱਗਦਾ ਹੁੰਦਾ ਰਿਦਮ ਸੇਮ ਹੀ ਹੁੰਦਾ ਸਾਰੇ ਬੁੱਗੇ ਆਈ ਐਮ ਨਾਟ ਵੈਲ ਵੈਨ ਯੂ ਡੇਟ ਪਲੀਜ਼ ਟੈਲ ਮੈਂ ਤੇਰੇ ਬਿਨਾਂ ਠੀਕ ਨਹੀਂ ਆ ਠੀਕ ਨਹੀਂ ਆ ਤੇਰੇ ਬਿਨ ਤੇ ਕਿੱਡਾ ਰਿਦਮ ਦੇ ਰਹੀ ਮੈਨੂੰ ਉਹ ਬੀਟ ਮਾਮਾ ਐਕਸਟ੍ਰੀਮ ਸੈਡ ਗਾਣਾ ਤੂੰ ਰੋ ਕੇ ਵਿਖਾ ਮੈਨੂੰ ਮਾੜਾ ਜਾ ਮੈਂ ਤੁਹਾਨੂੰ ਫਿਰ ਵੀ ਦੱਸ ਰਹੀ ਸੀ ਕਿ ਵੀ ਹਾਂ ਸ਼ਬਦ ਲਿਖੇ ਹੋਏ ਨੇ ਉਹ ਸ਼ਬਦ ਸੁਣ ਕੇ ਤੁਹਾਨੂੰ ਸਭ ਤੋਂ ਪਹਿਲਾਂ ਕੀ ਦਿਮਾਗ ਦੇ ਵਿੱਚ ਆਉਂਦਾ ਤੁਸੀਂ ਬੋਲ ਦੇਣਾ ਫਟਾਫਟ ਬਿਨਾਂ ਸੋਚੇ ਠੀਕ ਹੈ ਚਲੋ ਡਾਕਟਰ ਜੱਗੀ ਸਰਗੁਣ ਮਹਿਤਾ ਕੈਂਟ ਕੈਂਟ ਕੀ ਬਾਤ ਮਤਲਬ ਕੈਂਟ ਨਹੀਂ ਉਹਨੂੰ ਚੇਂਜ ਕਰਕੇ ਸਾਡਾ ਯਾਰ ਪਾਕਿਸਤਾਨੀ ਡਰਾਮੇ
ਉਹਨੂੰ ਕੀ ਕਹਿੰਦੇ ਨੇ ਜਿਹੜੀ ਟੈਂਸ਼ਨ ਹੁੰਦੀ ਆ ਬਿਲਕੁਲ ਦਿਮਾਗ ਤੋਂ ਚੜ੍ਹ ਜਾਂਦੀ ਆ ਉਹਦੀ ਇੱਕ ਹੋਰ ਵਰਡ ਹੁੰਦਾ ਵੀ ਉਹਨੂੰ ਡਿਪਰੈਸ਼ਨ ਨੂੰ ਡਿਪਰੈਸ਼ਨ ਥੈਰੇਪੀ ਬੇਸਿਕਲੀ ਉਹਨੂੰ ਦੂਰ ਕਰਨ ਵਾਸਤੇ ਜਦੋਂ ਤੁਸੀਂ ਬਹੁਤ ਹੀ ਜ਼ਿਆਦਾ ਟੈਂਸ਼ਨ 'ਚ ਉਹਨੂੰ ਦੂਰ ਕਰਨ ਵਾਲੀ ਉਹਨੂੰ ਕੋਈ ਉਹਦਾ ਇੱਕ ਵਰਡ ਬਣਾ ਲਓ ਆਪੇ ਹੁਣ ਮੈਨੂੰ ਪਤਾ ਨਹੀਂ ਅੱਛਾ ਮੰਗਵੇਂ ਕੱਪੜੇ ਲਾ ਲਾ ਸਾਡਾ ਇੱਕ ਫਰੈਂਡ ਆ ਉਹ ਮੇਰੇ ਬੂਟ ਪਾ ਕੇ ਫਿਰੂਗਾ ਕਹਿੰਦਾ ਮੈਂ ਕਿਹਾ ਯਾਰ ਤੂੰ ਮੇਰੇ ਕੱਪੜੇ ਕਿਉਂ ਪਾਈ ਆ ਮੇਰੇ ਬੂਟ ਕਿਤੋਂ ਬਚ ਕੇ ਪਾਇਆ ਕਹਿੰਦਾ ਮੈਨੂੰ ਲੱਗਾ ਬਾਈ ਤੂੰ ਕਿਤੇ ਰਿਟਾਇਰ ਕਰਤੇ ਕਾਫੀ ਆ ਸਾਡੀ ਆਪਸ ਚੱਲਦੀ ਰਹਿੰਦੀ ਮੇਰੀ ਤੇ ਮਨਿੰਦਰ ਦੀ ਵੀ ਆਪਸ 'ਚ ਮੈਨੂੰ ਉਹਦੇ ਬੂਟ ਬਹੁਤ ਵਧੀਆ ਲੱਗਦੇ ਆ ਤੇ ਉਹਨੂੰ ਮੇਰੇ ਬੂਟ ਬਹੁਤ ਵਧੀਆ ਲੱਗਦੇ ਆ ਪਰ ਲੱਕੀਲੀ ਅਨਲੱਕੀਲੀ ਸਾਡੇ ਪੈਰ ਨੀ ਇੱਕ ਦੂਜੇ ਨਾਲ ਰਲਦੇ ਉਧਾਰ ਨਹੀਂ ਕਦੇ ਦਿੱਤਾ ਨੀ ਜੇ ਕਦੇ ਦਿੱਤਾ ਵੀ ਉਹ ਕਦੇ ਮੰਗਿਆ ਨੀਗਾ ਤੇ ਲਿਆ ਵੀ ਹੋਵੇ ਕਿਸੇ ਤੋਂ ਤੇ ਵਾਪਸ ਮੇਰੇ ਖਿਆਲ ਦਿੱਤਾ ਨੀ ਸੱਜਣਾ ਮਿੱਤਰਾਂ ਨੂੰ ਤਾਂ ਨੀ ਦਿੱਤਾ ਹੋਣਾ ਵਾਪਸ ਯਾਰ ਦੋਸਤ ਨੀ ਮੁੜੇ ਮੁੜੇ ਹੋਣੇ ਮੈਂ ਕਿਸੇ ਦੇ ਤੇ ਯਾਰ ਦੋਸਤ ਨੀ ਕਿਸੇ ਦੇ ਮੁੜੇ ਹੋਣੇ ਹੁਣ ਜਿਹੜਾ ਕੋਈ ਬੰਦਾ ਵੀ ਕਿਤੇ ਕਹਿ ਸਕਦਾ ਵੀ ਐਵੇਂ ਨੇ ਮੇਰੇ ਪੈਸੇ ਨੀ ਦਿੱਤੇ ਉਹਨੂੰ ਮੁੜਦੇ ਹੋਣਗੇ ਹਾਂ ਯਾਰ ਦੋਸਤ ਦਾ ਕੋਈ 20-25 ਹਜ਼ਾਰ ਲੱਖ ਰੁਪਇਆ ਉਹ ਨੀ ਮੈਂ ਵਾਪਸ ਦਿੰਦਾ ਹੁੰਦਾ ਅੱਛਾ 20-25 ਹਜ਼ਾਰ ਲੱਖ ਰੁਪਇਆ ਉਹ ਨੀ ਵਾਪਸ ਦੇਈਦਾ ਅੱਛਾ ਚਲੋ ਡਬਲ ਕ੍ਰੋਸ ਡਬਲ ਕ੍ਰੋਸ ਬੰਦੇ ਹੀ ਯਾਦ ਆਉਂਦੇ ਨੇ ਮੇਰੇ ਇਹ ਵਿੱਚ ਡਬਲ ਕ੍ਰੋਸ ਵਾਲੇ ਤੇ ਮੈਂ ਨਾਂ ਨਹੀਂ ਲੈਣਾ ਉਹਨਾਂ ਨੂੰ ਪਤਾ ਹੋਊਗਾ ਵੇਖਦੇ ਹੋਣਗੇ ਮੈਨੂੰ ਇੱਕ ਹੀ ਆ ਅੱਛਾ ਗਰਾਰੀ ਐਮੀ ਕਿੱਦਾਂ ਦੀ ਤੇ ਐਮੀ ਜੱਗੀ ਤੇ ਸਰਗੁਣੀ ਗਰਾਰੀਆਂ ਆ ਤਿੰਨੇ ਅੱਛਾ ਜੀ ਅੜਗੀ ਤਾੜਗੀ ਅੜਗੀ ਹਾਂ ਜੀ ਸਾਰੇ ਵਰਡ ਤੁਸੀਂ ਬਹੁਤ ਕੈਂਟ ਦੱਸੇ ਇਸ ਖੁਸ਼ੀ ਦੇ ਵਿੱਚ ਤੁਹਾਨੂੰ ਹੋਰ ਸ਼ੂਗਰ ਕਿਸੇ ਦਿੱਤੇ ਜਾਂਦੇ ਆ ਥੈਂਕ ਯੂ ਸੋ ਮੱਚ ਚਾਹ ਆ ਗਈ ਹੁਣ ਤੁਹਾਡੀ ਹੁਣ ਤੁਸੀਂ ਖੋਲ ਕੇ ਤੇ ਖਾ ਲਓ ਹਾਂ ਸਾਡੀ ਸਪਰੇਅ ਤਾਂ ਨਹੀਂ ਕੀਤੀ ਇਹਨਾਂ ਦੇ ਇਹ ਜਿਹਨੇ ਹਿੱਟ ਮਾਰੀ ਹੁੰਦੀ ਮੱਖੀਆਂ ਨੂੰ ਬਹਿਣ ਨਹੀਂ ਨਹੀਂ ਇਹ ਸ਼ੁੱਧ ਦੇ ਸ਼ੂਗਰ ਕਿਸੇ ਦੇਸੀ ਕਿਉਂ ਦੇ ਚਲੋ ਮੇਰੇ ਕੋਲ ਵੀ ਇੱਕ ਚੀਜ਼ ਆ ਤੇਲੀ ਤੁਸੀਂ ਵੀ ਪੁੱਛੋਗੇ ਹੁਣ ਮੈਨੂੰ ਮੈਨੂੰ ਸੀ ਇਸ ਵਾਰੀ ਮੈਂ ਬਚ ਜੂੰਗੀ ਯਾਰ ਤੁਸੀਂ ਨਹੀਂ ਪੁੱਛੋਗੇ ਹਰ ਕੋਈ ਪੁੱਛਦਾ ਵਿੱਚ ਕਰੀਏ ਸ਼ੁਰੂ ਹਾਂਜੀ ਤੇ ਰੇੜੀ ਤੋਂ ਕੱਪੜੇ ਰੇੜੀ ਨਹੀਂ ਰੇੜੀ ਤੋਂ ਕੱਪੜੇ ਕਦੇ ਨਹੀਂ ਲਏ ਨਹੀਂ ਲਏ ਸੋਚ ਲਾ ਨਹੀਂ ਲਏ ਰੇੜੀ ਤੋਂ ਕੱਪੜੇ ਕਦੇ ਵੀ ਚਲੋ ਲਈ ਹੁਣ ਤਾਂ ਕਦੀ ਨਹੀਂ ਲਏ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਰਾਹ ਜਾਂਦੀ ਨੂੰ ਜਾਂ ਰਾਹ ਜਾਂਦੇ ਨੂੰ ਕਮੈਂਟ ਮੈਨੂੰ ਮਜ਼ਾ ਬੜਾ ਆਉਂਦਾ ਕਿ ਮੈਂ ਰਾਹ ਜਾਂਦੇ ਨੂੰ ਤੇ ਰਾਹ ਜਾਂਦੀ ਨੂੰ ਕਮੈਂਟ ਮਾਰਾਂ ਕਦੀ ਕਦੀ ਕੁੜੀਆਂ ਨੂੰ ਮਾਰ ਵੀ ਦਿੰਦੀ ਹਾਂ ਮੈਨੂੰ ਵਧੀਆ ਲੱਗਦਾ ਮੁੰਡਿਆਂ ਨੂੰ ਕਦੀ ਕਦੀ ਕਰਕੇ ਮਾੜਾ ਜਿਹਾ ਇੱਦਾਂ ਕਰ ਵੀ ਦੇਈ ਸੁਣ ਲਓ ਕਿਤੇ ਜਾਂਦੀ ਹੋਵੇ ਤਾਂ ਰਾਹ ਜਾਂਦੀ ਹੋਵੇ ਤਾਂ ਇਹ ਜੇ ਤੇ ਦਿਓਰ ਅਰੇ ਭਾਬੀ ਤਾਂ ਤਿਆਰ ਆ ਦਿਓਰ ਤਾਂ ਲੱਭੇ ਤੇਰਾ ਤੇ ਦਿਓਰ ਵੀ ਲੱਭੀ ਹੈ ਤੇ ਤੇਰਾ ਤੇ ਘਰ ਵਾਲਾ ਵੀ ਲੱਭੀ ਹੈ ਦੋਵੇਂ ਚੀਜ਼ਾਂ ਤੈਨੂੰ ਦੋਵੇਂ ਸ਼ੈਂ ਇਕੱਠੀਆਂ ਲੱਭ ਕੇ ਦਈਏ ਦਿਓਰ ਤੁਸੀਂ ਹੁਣ ਪੁੱਛਿਆ ਕੀ ਆ ਦੱਸੋ ਯਾਰ ਮੈਂ ਤੇ ਦਿਓਰ ਬਾਰੇ ਪੁੱਛਿਆ ਵੀ ਕੀ ਖਿਆਲ ਆ ਹਾਂ ਤੇ ਮੈਂ ਕਿਹਾ ਭਾਬੀ ਤਿਆਰ ਆ ਹੁਣ ਜੇ ਦਿਓਰ ਹੀ ਲੱਭੇਗਾ ਨਾ ਹੁਣ ਉਹ ਓਕੇ ਹੁਣ ਦਿਓਰ ਪਹਿਲਾਂ ਆਪਣੇ ਭਰਾ ਨੂੰ ਤਿਆਰ ਕਰੇ ਤੇਰੇ ਵਾਸਤੇ ਤੇ ਵਿਆਹ ਕਰਾ ਮੈਂ ਇਹਨੂੰ ਭਾਬੀ ਬਣਾਉਣਾ ਹੀ ਠੀਕ ਹੈ ਤੇ ਚੋਲ ਮੋਲ ਚੋਲ ਮੋਲ ਨਹੀਂ ਇਹ ਹੁੰਦਾ ਕੀ ਮੈਨੂੰ ਇਹ ਦੱਸ ਉਹ ਚੋਲ ਮੋਲ ਟਾਈਪਸ ਕਰਦੇ ਨਹੀਂ ਹੁੰਦੇ ਚੋਲ ਮੋਲ ਚੋਲ ਮੋਲ ਓਕੇ ਚਵਲਾ ਮਾਨੀਆ ਕਿਸੇ ਦੀ ਗੱਡੀ ਚਲਪ ਕੀਤੀ ਹੋਵੇ ਉਹ ਵਧੀਆ ਲੱਗਦਾ ਯਾਰ ਕਿ ਸਾਡੀ ਤਾਂ ਬਣੀ ਨਹੀਂ ਕਿਸੇ ਦੀ ਤਾਂ ਬਣ ਜੇ ਹਨਾ ਹੋ ਤੇ ਕਿਸੇ ਦੀ ਭਾਬੀ ਦਿਓਰ ਕੋਈ ਯਾਰੀ ਉਹ ਛੇਤਰ ਵਾਲਾ ਕੰਮ ਹੋ ਜਾਂਦਾ ਹਾਂ ਕਦੀ ਫੇਰ ਆਪਾਂ ਨਿਕਲ ਜੀਦਾ ਚੋਲੇ ਚੰਬੇ ਜਾਂਦੇ ਫੜ ਕੇ ਨਾ ਫੇਰ ਨਿਕਲ ਜੀਦਾ ਚਾਹ ਚਾਹ ਡੰਡੀ ਹੋਣੀ ਮੈਨੂੰ ਚਾਹ ਪੀ ਲੈਂਦਾ ਯਾਰ ਤੂੰ ਆਪਦਾ ਕੰਮ ਕਰੋ ਅਗਲੀ ਚੀਜ਼ ਕਰੋ ਜਿਹੜੀ ਕਰਦੀ ਮੈਨੂੰ ਮੇਰਾ ਗਿਫਟ ਤਾਂ ਦੇ ਦੋ ਤੁਹਾਨੂੰ ਚਾਹ ਵੀ ਦਿੱਤੀ ਤੁਹਾਨੂੰ ਬਿਸਕੁਟ ਵੀ ਖਵਾਤੇ ਤੁਹਾਨੂੰ ਸ਼ੂਗਰ ਕਿਸੇ ਵੀ ਦਿੱਤੇ ਮੇਰਾ ਗਿਫਟ ਤੁਸੀਂ ਪਿਛਲੇ ਵਾਰੀ ਵੀ ਖਾਲੀ ਹੱਥ ਆਏ ਸੀ ਸੀਜ਼ਨ 1 ਚ ਵੀ ਸੀਜ਼ਨ 2 ਚ ਵੀ ਖਾਲੀ ਹੱਥ ਐ ਤਾਂ ਨਹੀਂ ਚੱਲਣਾ ਹਰ ਵਾਰੀ ਮੈਨੂੰ ਪਹਿਲਾਂ ਦੱਸ ਦੇਣਾ ਸੀ ਵੀ ਮੈਨੂੰ ਵਾਰੀ ਵੀ ਆਉਣੀ ਹੈ ਬਿਸਕੁਟ ਖਾਲਾ ਲੈ ਕੇ ਵਿੱਚੋਂ ਤੁਸੀਂ ਕੀ ਗਿਫਟ ਦੋਗੇ ਮੈਨੂੰ ਮੈਂ ਸੋਚ ਲਿਆ ਕੀ ਦੱਸੋ ਤੇ ਮੈਂ ਸੋਚਿਆ ਤੇ ਫਿਰ ਦੇਣਾ ਤੇ ਮੈਨੂੰ ਆ ਨਾ ਤੇ ਉਹ ਅੱਜ ਹੁਣ ਥੋੜਾ ਦੂੰਗਾ ਮੈਂ ਮੇਰੇ ਕੋ ਕਿੱਥੇ ਹੈਗਾ ਬਾਅਦ ਚ ਦੋਗੇ ਬਾਅਦ ਚ ਮੈਂ ਸੋਚ ਰਿਹਾ ਤੈਨੂੰ ਮੈਂ ਗਿਫਟ ਦੇ ਦੇਣਾ ਤੁਸੀਂ ਜਿਹੜਾ ਮਿੰਨਾ ਮਿੰਨਾ ਹੱਸ ਰਹੇ ਆ ਨਾ ਹੱਸ ਨਹੀਂ ਰਿਹਾ ਮੇਰੀ ਅਗਲੀ ਫਿਲਮ ਛੇਤੀ ਉਹ ਤੇ ਲੈ ਕੇ ਆਊਂਗਾ ਓਕੇ ਚਲੋ ਠੀਕ ਆ ਹੁਣ ਆਪਾਂ ਖੇਡਾਂਗੇ ਸਲੇਟ ਵਾਲੀ ਗੇਮ ਇਹਦੇ ਚ ਕੀ ਹੈ ਜੀ ਇਹਦੇ ਚ ਅਸੀਂ ਕੁਝ ਵਰਡ ਲਿਖੇ ਹੋਏ ਨੇ ਤੁਸੀਂ ਇਹਨੂੰ ਸਲੇਟ ਨੂੰ ਖੁਦ ਨਹੀਂ ਦੇਖਣਾ ਐਦਾਂ ਕਰਕੇ ਪੜਨਾ ਖੁਦ ਨਹੀਂ ਦੇਖਣਾ ਮੈਂ ਤੁਹਾਨੂੰ ਉਹ ਵਰਡ ਸਮਝਾਉਂਗੀ ਵੀ ਕੀ ਹੈ ਬਟ ਐਗਜ਼ੈਕਟ ਵਰਡ ਤੁਸੀਂ ਬੁਝਣਾ ਕੀ ਲਿਖਿਆ ਓਕੇ ਉਹਦੇ ਆਲੇ ਦੁਆਲੇ ਦੇ ਵਰਡ ਸਮਝਾਉਂਗੀ ਠੀਕ ਹੈ ਚਲੋ ਪਹਿਲੀ ਸਲੇਟ ਚੁੱਕੋ ਤੇ ਇਹ ਤੁਹਾਨੂੰ ਦਿਖਾਉਣਾ ਕੈਮਰੇ ਨੂੰ ਦਿਖਾਉਣਾ ਆਪ ਨਹੀਂ ਹਾਂ ਆਪ ਨਹੀਂ ਦੇਖਣਾ ਓਕੇ ਸੇਮ ਹਾਂਜੀ ਇੱਧਰ ਇੱਧਰ ਰੱਖ ਲਓ ਇਹਨੂੰ ਸੀਟੀਆਂ ਮੈਂ ਕਿ ਕੌਣ ਮਾਰ ਰਿਹਾ ਹਾਂਜੀ ਇਹ ਅਕਸਰ ਨਾ ਛੋਟੇ ਬੱਚੇ ਕਰਦੇ ਹੁੰਦੇ ਸੀਗੇ ਸ਼ਾਇਦ ਆਪਾਂ ਵੀ ਕਰਦੇ ਸੀਗੇ ਸ਼ਾਇਦ ਕਿ ਆਪਾਂ ਕਰਦੇ ਸੀ ਛੋਟੇ ਬੱਚੇ ਨੈਣ ਦਾ ਜਵਾਬ ਹੀ ਕਰ ਲੈਂਦੇ ਵਿੱਚ ਗੱਲ ਤਾਂ ਸੁਣ ਲਓ ਜਦੋਂ ਆਪਾਂ ਖੇਡਦੇ ਹੁੰਦੇ ਸੀਗੇ ਬਸ ਉਦੋਂ ਹੀ ਹੁੰਦਾ ਸੀ ਕਿ ਨਹੀਂ ਮੈਂ ਜਿੱਤਿਆ ਉਹਦਾ ਐਗਜ਼ੈਕਟ ਵਰਡ ਹੁੰਦਾ ਸੀ ਹਾਂ ਉਹ ਮੈਨੂੰ ਤੇਰੇ ਮੂੰਹ ਤੋਂ ਪਤਾ ਲੱਗਾ ਹੈ ਤੂੰ ਰੋਂਡੀ ਆ ਚਲੋ ਚਲੀਏ ਅਗਲਾ ਹਾਂਜੀ
ਇਹ ਵੀ ਬੜਾ ਘੈਂਟ ਵਰਡ ਆ ਸ਼ਹਿਰ ਚੋਂਦੇ ਜਿਹਨੂੰ ਖੱਖਰ ਹੋ ਗਈ ਤੇ ਭੁੰਡਾ ਦਾ ਛੱਤਾ ਹਾਂ ਇੱਕ ਹੋਰ ਆ ਇੱਕ ਐਗਜੈਕਟ ਵਰਡ ਆਪਣਾ ਬੜਾ ਫੇਮਸ ਪੰਜਾਬੀ ਫਿਲਮ ਹਿੱਟ ਹੀਰੋ ਆ ਉਹ ਆਪਣੇ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਵੀ ਸੀਗਾ ਦਿਲਜੀਤ ਤੇ ਨੀਰੂ ਦੀ ਫਿਲਮ ਦੇ ਵਿੱਚ ਐਗਜੈਕਟ ਵਰਡ ਬੋਲਿਆ ਹੋਇਆ ਉਹ ਜੱਟਾਂ ਜੁਲਟ ਕਹਿੰਦੇ ਹੁੰਦੇ ਨੇ ਇੱਕ ਦੂਜੇ ਇੰਨੀ ਤਾਰੀਫ ਕਰਤੀ ਸੀ ਹੁਣ ਜਲਦੀ ਜਲਦੀ ਬੁੱਝ ਲਓ ਓਏ ਓਏ ਦਿਮਾਗ ਮੇਰਾ ਬੁੱਝ ਮੇਰਾ ਅਟੈਕ ਹੋ ਜਾਣਾ ਸਿਰ ਨੂੰ ਐ ਤੇ ਹਾਰਟ ਅਟੈਕ ਹੁੰਦਾ ਓਏ ਹੋਏ ਹੁਣ ਇਸ ਤੋਂ ਵੱਧ ਜ਼ਿਆਦਾ ਕੀ ਸਮਝਾਵਾਂ ਹੁੰਦਾ ਨਹੀਂ ਕੋਈ ਯਾਰ ਮੈਨੂੰ ਵਰਡ ਨਹੀਂ ਯਾਦ ਆ ਰਿਹਾ ਸੌਂ ਲੱਗੇ ਡੂਮਣਾ ਡੂਮਣਾ ਤੇ ਮਤਲਬ ਡੂਮਣਾ ਉਹ ਡੂਮਣਾ ਤੇ ਮੱਖੀ ਨੂੰ ਕਹਿੰਦੇ ਆ ਖੱਕਰ ਨੂੰ ਥੋੜਾ ਕਹਿੰਦੇ ਆ ਯਾਰ ਉਹ ਕਹਿ ਦਿੰਦੇ ਨੇ ਡੂਮਣਾ ਲੱਗਾ ਹੋਇਆ ਕਹਿੰਦੇ ਆ ਡੂਮਣਾ ਨਹੀਂ ਲੱਗਾ ਡੂਮਣਾ ਉਹ ਅੱਡ ਮੱਖੀ ਦਾ ਉਹ ਪੰਜਾਬ ਦੇ ਵਿੱਚ ਸਭ ਜਗ੍ਹਾ ਤੇ ਇੱਕੋ ਚੀਜ਼ਾਂ ਨਹੀਂ ਅਲੱਗ ਅਲੱਗ ਚੀਜ਼ਾਂ ਵੀ ਹੈਗੀਆਂ ਨੇ ਤੁਹਾਡੇ ਵਾਲੀ ਤੂੰ ਇਕੱਲੀ ਨਹੀਂ ਕਹਿੰਦੀ ਤੂੰ ਇਕੱਲੀ ਕਹਿੰਦੀ ਘਰ ਬਹਿ ਕੇ ਸੋਚਿਆ ਹੋਣਾ ਵੀ ਹਾਂ ਆਹ ਚੱਲ ਮੈਂ ਕਹੂੰਗੀ ਜਾ ਕੇ ਨਹੀਂ ਨਹੀਂ ਉਹ ਡੂਮਣਾ ਅੱਡ ਹੁੰਦੀ ਆ ਉਹ ਵੱਢਣ ਵਾਲੀ ਚੀਜ਼ ਨੂੰ ਡੂਮਣਾ ਕਹਿੰਦੇ ਮੱਖੀ ਨੂੰ ਡੂਮਣਾ ਹੁੰਦੀ ਆ ਉਹ ਮੱਖੀ ਹੁੰਦੀ ਆ ਛੱਤਾ ਜਿਹੜਾ ਛੱਤਾ ਹੁੰਦਾ ਨਹੀਂ ਨਹੀਂ ਜਿੰਨਾ ਮਰਜ਼ੀ ਬਣਾ ਲਓ ਅਗਲਾ ਕਰੋ ਓ ਓ ਹਾਂਜੀ ਇਹ ਇਹ ਹੁਣ ਇਹਨੂੰ ਕਿੱਦਾਂ ਸਮਝਾਵਾਂ ਮੈਂ ਦੋ ਤਰੀਕੇ ਹੈਗੇ ਸਮਝਾਉਣ ਦੇ ਪਹਿਲਾਂ ਇਹ ਆਪਾਂ ਕੁੜੀ ਨੂੰ ਕਹਿ ਦਈਦਾ ਅਕਸਰ ਮਤਲਬ ਕੁੜੀ ਨੂੰ ਤਾਂ ਵੈਸੇ ਆਪਾਂ ਉਹਦੀ ਤਾਰੀਫ ਕਰਨ ਦੇ ਵਿੱਚ ਬੜੇ ਵਧੀਆ ਵਧੀਆ ਸ਼ਬਦ ਵਰਤੀਦੇ ਨੇ ਬਟ ਇਹ ਵੀ ਕਹੇਗਾ ਕਿ ਵੀ ਆਏ ਹਾਏ ਇੱਦਾਂ ਟਾਈਪਸ ਕੁਛ ਔਰ ਹੈ ਪਟੋਲਾ ਐਗਜੈਕਟ ਪੰਜਾਬੀ ਵਰਡ ਨਹੀਂ ਹੈ ਥੋੜ੍ਹਾ ਥੋੜ੍ਹਾ ਹਿੰਦੀ ਟੱਚ ਚ ਵੀ ਹੈ ਇਹ ਤੁਹਾਡਾ ਆਪਣਾ ਗਾਣਾ ਵੀ ਹੈ ਇਹ ਤੁਸੀਂ ਤਿੰਨ ਕੁੜੀਆਂ ਲਈਆਂ ਸੀ ਚੱਕ ਕੇ ਵੱਟ ਜੇ ਤੁਰ ਪੈਂਦੇ ਸੀ ਚਮਕ ਚਲੋ ਚਮਕ ਚਲੋ ਚਮਕ ਚਲੋ ਲਿਆ ਓਏ ਹੋਏ ਅੱਛਾ ਮੇਰੀ ਵਾਰੀ ਹੈ ਚਲ ਤੇ ਇਹ ਆਪਣਾ ਫੋਨ ਤੋਂ ਵੱਜਦੀ ਆ ਲਾਇਆ ਫੋਨ ਤੇ ਰੱਖਤਾ ਕੀ ਕੀਤਾ ਮੈਂ ਫੋਨ ਤੋਂ ਵੱਜਦੀ ਹੈ ਮਤਲਬ ਮੈਂ ਫੋਨ ਕੀਤਾ ਤੈਨੂੰ ਵਾਈਬ੍ਰੇਸ਼ਨ ਤੇ ਐਂ ਰੱਖਤਾ ਮੈਂ ਉਸ ਤੋਂ ਬਾਅਦ ਨਾਲ ਦੇ ਨਾਲ ਕੱਟ ਕੇ ਇਹ ਤੁਸੀਂ ਕੀ ਕਰ ਰਹੇ ਹੋ ਮੈਂ ਤੈਨੂੰ ਫੋਨ ਕੀਤਾ ਹਾਂ ਤੇ ਮੈਂ ਤੈਨੂੰ ਫੋਨ ਕੀਤਾ ਹਾਂ ਤੇ ਦੋ ਬੇਲਾਂ ਮਾਰੀਆਂ ਤੇ ਫੋਨ ਰੱਖਤਾ ਰਿੰਗ ਤੇ ਤੇਰੇ ਫੋਨ ਤੇ ਨੋਟੀਫਿਕੇਸ਼ਨ ਕੀ ਆਊਗੀ ਮਿਸ ਕਾਲ ਯੈਸ ਮਿਸ ਕਾਲ ਮਾਰ ਦੇਣਾ ਨਹੀਂ ਗੱਲ ਵੀ ਕਰ ਲਿਆ ਕਰੋ ਕਾਲਾ ਹਾਏ ਹਾਏ ਮੇਰਾ ਗੀਤ ਆ ਤੇ ਗਾ ਕੇ ਕਹਿਣਾ ਗੀਤ ਆ ਤੇ ਤੂੰ ਸਾਰਾ ਦਿਨ ਉਹ ਕਰਦੀ ਆ ਇੱਥੇ ਬੈਠੀ ਸਾਰੇ ਆਰਟਿਸਟਾਂ ਨਾਲ ਇੰਨਾ ਸੋਹਣਾ ਮਤਲਬ ਇੰਟਰਵਿਊ ਹੁੰਦੇ ਤੇਰੇ ਵੀ ਸਾਰਾ ਦਿਨ ਬੰਦਾ ਕੀ ਤੈਨੂੰ ਕਹਾਂ ਮੈਂ ਮੇਰਾ ਗੀਤ ਆ ਯਾਰ ਸੁਣਿਆ ਵੀ ਹੋਣਾ ਤੂੰ ਤੇ ਮੇਰਾ ਇੱਕ ਡਾਇਲੋਗ ਸੀ ਬਹੁਤ ਮਸ਼ਹੂਰ ਅੰਗਰੇਜ਼ ਫਿਲਮ ਦਾ ਸੇਵ ਉਹ ਮੈਂ ਗਾਣਾ ਕੀਤਾ ਸੀ ਭਾਊ ਜਾਂਜੀਆਂ ਤੁਹਾਡੇ ਉਦੋਂ ਪਹਿਲਾਂ ਕੀ ਬੋਲਦਾ ਹੁੰਦਾ ਸੀ ਮੈਂ ਯਾਰ ਮੈਨੂੰ ਯਾਦ ਏਦਾਂ ਯਾਦ ਨਹੀਂ ਆ ਰਿਹਾ ਕੁਛ ਅੰਗਰੇਜ਼ ਫਿਲਮ ਦਾ ਸੀ ਹਾਸੀਆਂ ਖੇਡੀਆਂ ਚਲ ਆ ਜੀ ਜਿਹੜੀ ਜਵਾਨੀ ਨੂੰ ਕਿਹਾ ਜਾਂਦਾ ਹੈ ਕਿਹੜੀ ਜਵਾਨੀ ਹੁੰਦੀ ਆ ਮਤਲਬ ਜਦੋਂ ਬੰਦਾ ਨਵਾਂ ਨਵਾਂ ਗੱਭਰੂ ਹੁੰਦਾ ਯੈਸ ਅਥਰੀ ਕੱਲਾ ਅਥਰੀ ਇਹ ਅਥਰੀ ਨਹੀਂ ਹੁੰਦਾ ਜਾਂ ਉੱਤਰੇ ਕੰਮ ਹੁੰਦੇ ਆ ਅੱਛਾ ਹੁਣ ਇਹਦਾ ਗਿਫਟ ਵੀ ਪੈਂਡਿੰਗ ਹੋ ਗਿਆ ਹੁਣ ਇਹਦਾ ਗਿਫਟ ਕੀ ਹੋ ਗਿਆ ਹੁਣ ਇਹਦਾ ਕੀ ਦਊਂਗੇ ਗਿਫਟ ਉਹ ਵੀ ਮੈਂ ਹੁਣ ਸੋਚੂਗਾ ਬਹਿ ਕੇ ਪਹਿਲੇ ਵਾਲਾ ਸੋਚਿਆ ਤੁਸੀਂ ਮੈਨੂੰ ਦੱਸਿਆ ਨਹੀਂ ਪਹਿਲੇ ਵਾਲਾ ਮੈਂ ਦੱਸੂ ਕਿਉਂ ਮੈਂ ਇਕੱਠੇ ਸੋਚੂਗਾ ਐਂਡ ਤੱਕ ਕੀ ਪਤਾ ਇੱਕ ਅੱਧੀ ਗੇਮ ਹੋਰ ਹੋਵੇ ਤਾਂ ਤੇਰੀ ਮੈਂ ਫਿਰ ਫਸ ਜਾਂ ਨਹੀਂ ਹੁਣ ਗੇਮ ਇਕੱਠੀ ਕਰਕੇ ਅੱਧੀ ਗੇਮ ਖਤਮ ਓ ਟੰਡ ਵਧਾਈਆਂ ਰੋਟੀ ਪਾਣੀ ਖਾਈਏ ਜਾ ਕੇ ਨਹੀਂ ਤੁਸੀਂ ਫਿਰ ਅਗਲੀ ਫਿਲਮ 'ਚ ਰੁੱਝ ਜਾਣਾ ਤਾਂ ਫਿਰ ਤੁਹਾਨੂੰ ਮੇਰੇ ਗਿਫਟ ਨਹੀਂ ਚੇਤਾ ਰਹਿਣਾ ਨਹੀਂ ਨਹੀਂ ਤੇਰੀ ਫਿਰ ਤੇ ਪ੍ਰਮੋਸ਼ਨ ਤੇ ਤਾਂ ਹੋਣਾ ਹੀ ਆ ਤਾਂ ਤੂੰ ਇੱਕ ਕਲੋਜ਼ ਆਪਣਾ ਪੱਕਾ ਰੱਖ ਲਈ ਨਾ ਕੰਟਰੈਕਟ ਦੇ ਵਿੱਚ ਜਦ ਤੱਕ ਐਵੇਂ ਗਿਫਟ ਨਹੀਂ ਲੈ ਕੇ ਆਊਗਾ ਡੋਨਟ ਡੂ ਇਸ ਇੰਟਰਵਿਊ ਇਹ ਸਹੀ ਅੰਗਰੇਜ਼ੀ ਕਿਤੋਂ ਬੋਲਦੀ ਤੁਸੀਂ 3 ਮਹੀਨੇ ਇੰਗਲੈਂਡ ਦਾ ਗਿਆ ਹੋਰ ਮਾੜੀ ਮੋਟੀ ਤਾਂ ਸਿੱਖ ਕੇ ਆਇਆ ਚਲੋ ਹੁਣ ਸਾਡਾ ਹੋ ਗਿਆ ਖਤਮ ਇੱਕ ਹੋਰ ਗਿਫਟ ਆ ਤੁਹਾਡੇ ਲਈ ਦੇਖੋ ਯੈਸ ਅਸੀਂ ਤੁਹਾਨੂੰ ਦਵਾਂਗੇ ਕ੍ਰੈਮਿਕਾ ਵੱਲੋਂ ਇੱਕ ਛੋਟਾ ਜਿਹਾ ਗਿਫਟ ਤੇਰਾ ਭਲਾ ਹੋ ਜੇ ਥੈਂਕ ਯੂ ਸੋ ਮਚ
ਵਧੀਆ ਨਾ ਗਿਫਟ ਵਧੀਆ ਤੂੰ ਨੱਚ ਇਦਾਂ ਕਿ ਦੇਖ ਰਹੇ ਡਾਂਸ ਬਾਹਰ ਜਾ ਕੇ ਭੂਤ ਕੱਢਣਾ ਪੈਣਾ ਜਦ ਤੱਕ ਤੁਸੀਂ ਦੇਖੀ ਜਾਓ ਕ੍ਰੈਮਿਕਾ ਪ੍ਰੈਜੈਂਟ ਸ਼ੌਂਕਣ ਫਿਲਮਾਂ ਦੀ ਟਾਟਾ।